ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਇਸ ਟਾਈਮ ਇਹ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਭਦੌੜ ਦੇ ਬਿਲਕੁਲ ਨਾਲ ਹੈ, ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ, ਤਹਿਸੀਲ ਤਪਾ ਪੈਂਦੀ ਹੈ। ਭਦੌੜ ਤੋਂ ਮਸਾਂ 5 ਕਿਲੋਮੀਟਰ ਸਾਈਡ 'ਤੇ ਹਟਵਾਂ ਪਿੰਡ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਵਪਾਰ ਦਾ ਕੰਮ ਕਰਦਾ ਅਤੇ ਨਾਲ ਆਪਦਾ ਇੱਕ ਲਾਰਜ ਫਾਰਮ ਵੀ ਹੈ। ਮੈਂ ਪਹਿਲਾਂ ਵੀ ਵੀਡੀਓ ਬਣਾਉਂਦਾ ਰਹਿੰਦਾ, ਅੱਜ ਵੀ ਦੂਜੀ ਵੀਡੀਓ ਬਣਾ ਰਿਹਾ ਜਿਹਦੇ 'ਚ ਤੁਹਾਨੂੰ ਮੱਝਾਂ 2, ਇੱਕ ਝੋਟੀ ਅਤੇ ਇੱਕ ਵੈੜ ਜਿਹੜੀ ਛੋਟੇ ਭਾਅ ਦੀ ਹੈ, ਇਹ ਤੁਹਾਨੂੰ ਦਿਖਾਉਣੀ ਆ। ਪਰ ਨਾਲ ਜ਼ਰੂਰ ਐਡ ਕਰ ਦਿੰਦਾ, ਦੱਸੋ ਵੀ ਇਹ ਬਾਈ ਦਾ ਵਪਾਰ ਦੇ ਕੰਮ ਦੇ ਨਾਲ ਨਾਲ ਆਪਦਾ ਖੁਦ ਦਾ ਫਾਰਮ ਹੈ ਅਤੇ ਫਾਰਮ ਦੇ ਵਿੱਚ ਹੋਮ ਬਰੀਡ ਹੈ, ਮਤਲਬ ਛੋਟੀਆਂ ਹੀਫਰ ਪਾਲ ਕੇ ਉਹਨਾਂ ਨੂੰ ਅੱਗੇ ਬਾਈ ਨੇ ਤਿਆਰ ਕੀਤਾ ਅਤੇ ਉਦੋਂ ਬਾਅਦ 'ਚ ਬਰੀਡ ਜਿਹੜੀ ਆਪਦੇ ਕੋਲ ਤਿਆਰ ਹੋ ਗਈ। ਇੱਕ ਆਈਡੀਆ ਹੋਰ ਆ ਵੀ ਜੇ ਕੋਈ ਖੇਤ 'ਚ ਫਾਰਮ ਪਾਉਂਦਾ, ਜਿਵੇਂ ਮੱਕੀ ਦੇਖੋਗੇ ਤੁਸੀਂ ਤਾਂ ਇਹਦੇ ਬਰਾਬਰ ਦਾ ਮਤਲਬ ਉੱਚਾ ਫਾਰਮ ਹੈ। ਇਹ ਨਹੀਂ ਵੀ ਸਾਈਡਾਂ ਦੇ ਉੱਤੇ ਮੱਕੀ ਹੈ ਅਤੇ ਇੱਥੇ ਹਵਾ ਰੁਕ ਜੂਗੀ। ਹੁਣ ਤੁਸੀਂ ਦੇਖੋਗੇ ਪੱਖੇ ਬੰਦ ਹੈ ਪਰ ਪਸ਼ੂ ਜਿਹੜੇ ਕੋਈ ਬਹੁਤੀ ਗਰਮੀ ਨਹੀਂ ਬਣਾ ਰਹੇ, ਕਿਉਂਕਿ ਹਵਾ ਮੱਕੀ ਦੇ ਉੱਤੋਂ ਦੀ ਇਸ ਫਾਰਮ ਨੂੰ ਕ੍ਰੋਸ ਕਰਦੀ ਹੈ। ਮਤਲਬ ਖੇਤਾਂ 'ਚ ਫਾਰਮ ਬਣਾਉਣਾ ਹੈ ਤਾਂ ਜਗ੍ਹਾ ਉੱਚੀ ਰੱਖਿਆ ਕਰੋ ਜਿਹਦੇ ਨਾਲ ਹਵਾ ਦੀ ਕ੍ਰੋਸਿੰਗ ਬਣੀ ਰਹੇ। ਆਓ ਸ਼ੁਰੂਆਤ ਕਰੀਏ, ਦੱਸੋ ਪਹਿਲਾਂ ਝੋਟੀ ਤੁਹਾਨੂੰ ਦਿਖਾ ਦਿੰਦੇ ਹਾਂ, ਬਾਕੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ। ਗੁਰਪ੍ਰੀਤ ਭਾਈ, ਸਤਿ ਸ਼੍ਰੀ ਅਕਾਲ। ਗੁਰਪ੍ਰੀਤ, ਅੱਜ ਆਪਾਂ ਹੁਣ 4 ਨਾਗ ਦਿਖਾ ਰਹੇ ਹਾਂ, ਪਹਿਲੇ ਨੰਬਰ 'ਤੇ ਝੋਟੀ ਦਿਖਾਉਣੀ ਹੈ। ਕਿੰਨੀ ਕੁ ਉਮਰ ਹੈ ਇਹ ਵੀਰੇ? ਅਗਲੇ ਸਵੇਰ ਠੀਕ ਹੈ, ਜਿਹੜੀ ਪਰਲੇ ਪਾਸੇ ਮੱਝ ਖੜੀ ਉਹਦੀ ਹੈ? ਪਰਲੇ ਪਾਸੇ, ਠੀਕ ਹੈ। ਅੱਛਾ ਬਾਈ, ਮਨ ਆਪਾਂ ਜੀ ਵਪਾਰ ਕਰਦੇ ਹਾਂ, ਦੇਖ ਆਪਾਂ ਕਿਸੇ ਨਾਲ ਉਹ ਨਾ ਮੈਂ ਠੱਗੀ ਧੋਖਾ ਕਰਿਆ ਨਾ ਮੈਂ ਕਰਾਂ, ਠੀਕ ਹੈ। ਉਹਨਾਂ ਨੇ ਮਾਲਕਾਂ ਨੇ ਮੈਨੂੰ 16 ਕਿਲੋ 17 ਕਿਲੋ ਤਾਂ ਕਹਿ ਕੇ ਦਿੱਤੀ, ਠੀਕ ਹੈ। ਮੈਂ ਥੱਲੇ ਹੀ ਚੋਇਆ, ਠੀਕ ਹੈ। ਉਹ ਆਪਦਾ ਕੋਈ ਬਾਹਰ ਬੂਹਰ ਜਾਂਦੇ ਹੋਣਗੇ ਤੁਸੀਂ ਦੇ ਗਏ ਅਤੇ ਆ ਖੜੀਆਂ ਸਿੰਘ ਸੱਪਾ ਦਿਖਾ ਦੇ, ਮੂੰਹ ਕੱਪਾ ਸਾਰਾ ਦਿਖਾ ਦੇ, ਹੈ ਬਥੇਰੀ ਚੰਗੀ। ਕੀ ਰੇਟ ਰਹੂਗਾ? ਰੇਟ ਇਹਦਾ 42,000 ਰੁਪਇਆ ਜੀ। ਠੀਕ ਹੈ, ਤੋਰ ਦੇ। ਸੋ ਦੱਸੋ 42,000 ਰੇਟ ਹੈ, ਇਹਦੀ ਮਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖਾ ਦੇਣੀ ਹੈ ਕਿਉਂਕਿ ਉਹ ਵੀ ਵਿਕਰੀ ਵਾਸਤੇ ਹੈ। ਸਿੰਘ ਕੁੰਡਾ ਦੱਸੋ ਝੋਟੀ ਦਾ, 42,000 ਇਹਦਾ ਰੇਟ ਹੈ। 16 ਤੋਂ 17 ਕਿਲੋ ਬਾਈ ਕਹਿੰਦਾ ਵੀ ਇਹਦੀ ਮਾਂ ਦਾ ਦੁੱਧ ਬਾਈ ਹੋਰਾਂ ਨੇ ਦੱਸਿਆ ਅਤੇ ਉਹ ਮੱਝ ਪਰਲੇ ਪਾਸੇ ਖੜੀ, ਤੁਸੀਂ ਦੇਖ ਹੀ ਲੈਣੀ ਹੈ। ਇਸ ਮੱਝ ਦੀ ਇਹ ਧੀ ਹੈ, ਉਹ ਜਦੋਂ ਕੋਲ ਦੀ ਲੰਘਦੀ ਹੈ ਤਾਂ ਇਹ ਹਜੇ ਵੀ ਉਹਨੂੰ ਰਿੰਗਦੀ ਹੈ। ਲਿਆ ਬਾਈ, ਤੁਸੀਂ ਦੇਖਿਓ, ਥੋੜ੍ਹਾ ਜਿਹਾ ਪਸ਼ੂ ਦਾ ਮੋਹ ਹੁੰਦਾ ਆਪਦੇ ਕੋਲ ਵੱਜਦੇ ਪਸ਼ੂ ਨਾਲ ਜਾਂ ਆਪਦੇ ਬਲੱਡ ਦੇ ਨਾਲ, ਤੁਸੀਂ ਉਹ ਝੋਟੀ ਦੇਖ ਸਕਦੇ ਹੋ। ਸੋ ਇਹ ਝੋਟੀ ਦੱਸੋ ਫੋਰ ਸੇਲ ਪਹਿਲੇ ਨੰਬਰ 'ਤੇ। ਇਹ ਤੋਂ ਬਾਅਦ ਤੁਹਾਨੂੰ ਇੱਕ ਮੱਝ ਦਿਖਾਉਣੀ ਹੈ ਜਿਹੜੀ ਵਿਕਰੀ ਵਾਸਤੇ। ਥਣ ਦੋਸਤੋ 4 ਹੀ ਹੈ ਅਤੇ ਬਾਕੀ ਇੱਦਾਂ ਦਾ ਇਹਨਾਂ ਦਾ ਡਿਜ਼ਾਇਨ ਹੈ, ਉਹ ਤੁਸੀਂ ਨੇੜੇ ਤੋਂ ਦੇਖ ਲਓ। ਗੁਰਪ੍ਰੀਤ, ਜਿਹੜੀ ਇਹ ਤੋਂ ਅੱਗੇ ਮੱਝ ਖੜੀ ਬਈ, ਇਹ ਤੀਜਾ ਸੂਆ ਜੀ। ਮਨ ਇਹਦਾ 17.5 ਕਿਲੋ ਦੁੱਧ ਦਿੱਤਾ ਬਾਈ ਅਗਲੇ ਸੂਏ 'ਚ, ਠੀਕ ਹੈ। ਅਤੇ ਹੁਣ ਇਹਦੇ ਰਹਿੰਦੇ ਆ 10 ਕੁ ਦਿਨ ਹਾਲੇ ਬਾਕੀ ਪਏ ਆ। ਕੀ ਰੇਟ ਰਹਿਣਾ ਇਹਦਾ? ਇਹਦਾ 1,47,000 ਰੁਪਏ। 1,47,000? 47, 3,000 ਘੱਟ ਆ ਦੱਸੋ 1,50,000 ਤੋਂ। ਖੋਲ ਦੇ ਬਾਈ, 1,47,000 ਇਹਦੀ ਕੀਮਤ ਹੈ। 10 ਦਿਨ ਪਏ ਆ ਹਜੇ, ਦੁੱਧ ਚੰਗਾ ਦਿੱਤਾ ਬਾਈ ਦੱਸਦਾ, ਵਜ਼ਨ ਬਹੁਤ ਆ ਮੱਝ ਦਾ। ਸਿੰਘ ਥੋੜ੍ਹਾ ਖੁੱਲ੍ਹਾ ਹੋ ਕੇ ਮੁੜਿਆ ਪਿਆ ਪਰ ਜਦੋਂ ਢਾਂਚੇ ਵੱਡੇ ਹੋਣ ਉਦੋਂ ਸਿੰਘ ਉੱਪਰਾਂ ਨਹੀਂ ਲੱਗਦਾ ਹੁੰਦਾ। ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ, ਵੀਰ ਤੋਰੂਗਾ ਅਤੇ ਤੁਹਾਨੂੰ ਇਹਦਾ ਹਵਾਨਾ ਦੱਸ ਜਾਣਾ। ਹਜੇ 10 ਦਿਨਾਂ ਦੀ ਕੱਚੀ ਹੈ, ਫੁੱਲ ਵਜਨ ਵਾਲੀ ਇਹ ਮੱਝ, ਹਵਾਨਾ ਚੰਗਾ ਦਿਸਦਾ ਹੈ। ਜੱਜਮੈਂਟ ਵੀਡੀਓ 'ਚੋਂ ਇੱਕ ਆਈਡੀਆ ਮਿਲ ਜਾਂਦਾ ਹੁੰਦਾ, ਬਾਕੀ ਆ ਕੇ ਪਾਸ ਕਰਿਆ ਕਰੋ ਪਸ਼ੂ ਨੂੰ, ਫਿਰ ਹੀ ਸਹੀ ਕਨਫਰਮ ਹੁੰਦਾ।
ਉਹ ਸਿੰਗ ਇਹਦਾ ਖੁੱਲ੍ਹਾ ਮੈਂ ਪਹਿਲਾਂ ਹੀ ਦੱਸਿਆ ਸੀ, ਬਾਕੀ ਜੋ ਹਵਾਨਾ ਹੈ ਉਹ ਤੁਹਾਡੇ ਸਾਹਮਣੇ। 1,47,000 ਦੀ ਡਿਮਾਂਡ ਹੈ, 3,000 ਘੱਟ ਹੈ, 1,50,000 ਤੋਂ ਧਿਆਨ 'ਚ ਆਜੂਗਾ ਤੁਹਾਡੇ ਇੰਨੇ ਨਾਲ। ਇੱਧਰੋਂ ਤੁਸੀਂ ਥਣ ਦਾ ਸਹਿਜ ਅਤੇ ਇਹਦੇ ਥਣਾਂ 'ਚ ਵਿੱਥੀ ਦੇਖ ਲਓ। ਗੁਰਪ੍ਰੀਤ ਬਾਈ ਪੂਛ ਜੀ ਫੜੀ ਮਾੜੀ ਹੈ ਜੀ। ਸੋ ਹੁਣ ਹਵਾਨਾ ਤੁਸੀਂ ਇਹਦਾ ਪੂਰਾ ਹੀ ਦੇਖ ਸਕਦੇ ਹੋ। ਇਹ ਰੋਕਾ ਦੱਸੋ ਇਹਦੇ ਹਵਾਨੇ ਦਾ ਹਜੇ ਦਿਨ ਲੈਂਦੀ ਹੈ ਮੱਝ ਸੂਣ 'ਚ, 10 ਦਿਨ ਬਾਈ ਕਹਿੰਦਾ ਵੀ ਪਏ ਹੈ। ਇਹ ਤੋਂ ਬਿਨਾਂ ਇੱਕ ਹੋਰ ਮੱਝ, ਗੁਰਪ੍ਰੀਤ ਬਾਈ ਕਿੰਨਵਾਂ ਸੂਆ ਮੱਝ? ਇਹ ਤੀਜਾ ਸੂਆ ਜੀ। ਠੀਕ ਹੈ, ਅੱਛਾ ਕਿੰਨੇ ਕੁ ਦਿਨ ਲਊ ਸੂਣ 'ਚ? ਇਹਦੇ ਵੀ ਜੀ ਆਹੀ 5-7 ਕੁ ਦਿਨ। ਠੀਕ ਹੈ, ਅੱਛਾ ਇਹ ਇਹਦਾ ਕੀ ਰੇਟ ਰਹਿਣਾ? ਇਹਦਾ ਜੀ 1,25,000। 1,25,000, ਠੀਕ ਹੈ। ਅਤੇ ਇਹਦੀ ਉਹ ਕੱਟੀ ਹੈ ਤਾਂ ਆਪਾਂ ਪਹਿਲਾਂ ਦੱਸਦਾ। ਠੀਕ ਹੈ, ਅਤੇ ਮੰਨ ਵੀ ਮਾਲਕਾਂ ਨੇ ਮੈਨੂੰ 16.5-17 ਕਿਲੋ ਇਹ ਕਹਿ ਕੇ ਦਿੱਤੀ। ਠੀਕ ਹੈ, ਖੋਲੀ ਬਾਈ। ਸੋ ਦੋਸਤੋ 5-7 ਦਿਨ ਲੈਂਦੀ ਹੈ ਸਿੰਘ, ਇਹਦਾ ਵੀ ਥੋੜ੍ਹਾ ਖੁੱਲ੍ਹਾ ਹੈ। ਦੁੱਧ ਇਹਦਾ ਵੀ ਬਾਈ ਦੱਸਦਾ ਵੀ ਚੰਗਾ ਰਿਕਾਰਡ ਦੱਸਿਆ ਮਾਲਕਾਂ ਨੇ। ਬਾਕੀ ਜਿਹਨੇ ਪਸ਼ੂ ਖਰੀਦਣਾ, ਜਦੋਂ ਪੈਸੇ ਤੁਸੀਂ ਲਾਉਣੇ ਆ ਤਾਂ ਤੁਹਾਡਾ ਹੱਕ ਆ ਵੀ ਤੁਸੀਂ ਵੀ ਸਮਝੋ ਪਸ਼ੂ ਦਾ ਦੁੱਧ ਕਿੰਨਾ ਚੋਲ। ਕੱਟੀ ਇਹਦੀ ਪਹਿਲਾਂ ਤੁਹਾਨੂੰ ਦਿਖਾਤੀ, ਉਹ ਅਲੱਗ ਵੇਚਣੀ ਹੈ ਕਿਉਂਕਿ ਵੱਡੀ ਹੈ। ਅਤੇ ਇਹ ਮੱਝ ਵੀ 5-7 ਦਿਨ ਲਊਗੀ ਸੂਣ ਦੇ ਵਿੱਚ। 1,25,000 ਰੇਟ ਹੈ। ਵਹਿਣੀ ਵਾਲੇ ਪਾਸੇ ਹਵਾਨੇ ਦੇ ਉੱਤੇ ਨਾੜਾਂ ਕਾਫੀ ਚੰਗੀਆਂ ਦਿਸਦੀਆਂ। ਹਵਾਨਾ ਹੁਣ ਤੁਸੀਂ ਇਹਦਾ ਦੇਖ ਹੀ ਸਕਦੇ ਹੋ, ਲੰਬਾਈ ਲੰਬੂਈ ਮੱਝ ਦੀ ਬਹੁਤ ਹੈ। ਹਵਾਨੇ ਦੇ ਉੱਤੇ ਨਾੜਾਂ ਦੋਨੇ ਸਾਈਡ ਦੇ ਉੱਤੇ ਬਹੁਤ ਸੋਹਣੀਆਂ। ਦੱਸੋ ਸੋ ਇਹ ਮੱਝ, ਅਤੇ ਇੱਕ ਮੈਂ ਪਹਿਲਾਂ ਦੱਸਿਆ ਸੀ ਵੀ ਛੋਟੇ ਭਾਅ ਦੀ ਗਾਂ। ਗੁਰਪ੍ਰੀਤ ਬਾਈ ਕਿੰਨਵਾਂ ਸੂਆ ਸੁਣਦੀ ਹੈ ਇਹ? ਠੀਕ ਹੈ, ਕੀ ਰੇਟ ਰਹੂਗਾ ਇਹਦਾ? ਰੇਟ ਇਹਦਾ ਜੀ ਆਪਾਂ ਬਸ ਇੱਕੋ ਹੀ ਗੱਲ ਆ ਵੀ 35,000 ਰੁਪਇਆ ਲੈ। ਠੀਕ ਹੈ, ਤੋਰ ਦੇ ਬਾਈ। ਸੋ ਦੱਸੋ 35,000 ਦੀ ਇਹ ਗਾਂ ਮਿਲ ਜੂਗੀ, 5-7 ਦਿਨ ਇਹ ਵੀ ਲੈ ਸਕਦੀ ਹੈ। ਸਿੰਘੇ ਦੇ ਹੈਗੇ ਆ ਸੂਆ ਪਹਿਲਾਂ 4 ਦਿਨ ਦਾ। ਸੀਲ ਸ਼ਰੀਫ ਹੁਣ ਥਣਾਂ ਨੂੰ ਹੱਥ ਵਧੀਆ ਲਵਾਉਂਦੀ ਹੈ, ਬਾਕੀ ਤੁਸੀਂ ਆ ਕੇ ਪਾਸ ਕਰ ਲਿਓ ਜੇ। ਕਰੋਸ ਇਹ ਬਰੀਡ ਹੈ। ਦੁੱਧ ਬਾਈ ਕਹਿੰਦਾ ਵੀ ਅਸੀਂ 12 ਕਿਲੋ ਕਹਿ ਕੇ ਦਿਆਂਗੇ, ਅਤੇ ਇਹ 15 ਕਿਲੋ ਵਾਂਗੂੰ ਦੁੱਧ ਵੈਸੇ ਪਾ ਜੂਗੀ ਸੇਵਾ ਨਾਲ। 35,000 ਦੀ ਇਹ ਗਾਂ, ਇਹ ਵੈੜ ਮਿਲ ਜੂਗੀ। ਜਿਹਨੂੰ ਘੱਟ ਭਾਅ ਵਾਲੀ ਕੋਈ ਗਾਂ ਚਾਹੀਦੀ ਹੈ ਤਾਂ ਉਹ ਵੀਰ ਸੋਚ ਸਕਦਾ। ਬਾਕੀ 2 ਮੱਝਾਂ ਚੰਗੇ ਦੁੱਧ ਵਾਲੀਆਂ ਅਤੇ 1 ਝੋਟੀ, ਇਸ ਵੀਡੀਓ ਦੇ ਵਿੱਚ ਤੁਹਾਨੂੰ 4 ਨਾਗ ਦਿਖਾਏ ਹੈ। ਤੁਸੀਂ ਹੁਣ ਇਹਨਾਂ 'ਚੋਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਜੇ, ਇਸ ਪਿੰਡ ਦੇ ਵਿੱਚ ਪਹੁੰਚ ਕੇ ਆ ਕੇ ਤਸੱਲੀ ਕਰਿਓ। ਬਾਕੀ ਪਸ਼ੂ ਖਰੀਦਣ ਲੱਗਿਆਂ ਜ਼ਰੂਰੀ ਹੁੰਦਾ ਵੀ ਤਸੱਲੀ ਕੀਤੀ ਜਾਵੇ। ਸਹੀ ਹੈ। ਸੋ ਇਸ ਮੱਝ ਦੇ ਹਵਾਨੇ 'ਤੇ ਜਿਹੜੀਆਂ ਥਣਾਂ ਦੇ ਉੱਪਰਲੇ ਪਾਸੇ ਨਾੜਾਂ ਮੈਂ ਗੱਲ ਕੀਤੀ ਸੀ, ਉਹ ਤੁਸੀਂ ਇੱਥੋਂ ਵੀ ਦੇਖ ਲਓਗੇ। ਦੱਸੋ ਕਾਫੀ ਚੰਗਾ ਦਿਸਦੀਆਂ, ਥਣਾਂ 'ਚ ਵਿੱਥੀ ਵੀ ਚੰਗੀ ਹੈ। ਸੋ ਫਿਲਹਾਲ ਇਹ ਪਸ਼ੂ 4 ਸੀ ਇਸ ਵੀਡੀਓ 'ਚ। ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ।